ਦੋਸਤੋ ਜਦੋਂ ਵੀ ਕਿਤੇ ਗੱਲ ਕੀਤੀ ਜਾਂਦੀ ਹੈ ਬਾਲੀਵੁੱਡ ਦੀ ਫਿਲਮਾਂ ਦੀ ਤੇ ਬਾਲੀਵੁੱਡ ਦੀ ਫਿਲਮਾਂ ਗੀਤਾਂ ਤੋਂ ਬਿਨਾਂ ਅਨਕੰਪਲੀਟ ਨਜ਼ਰ ਆਉਂਦੀਆਂ ਨੇ ਭਾਵੇਂ 10 ਹੋਵੇ ਭਾਵੇਂ 5 ਹੋਵੇ ਭਾਵੇਂ 3 ਹੋਵੇ ਭਾਵੇਂ 1 ਹੋਵੇ ਲੇਕਿਨ ਹਰ ਇੱਕ ਫਿਲਮ ਦੇ ਵਿੱਚ ਕੋਈ ਨਾ ਕੋਈ ਗੀਤ ਜ਼ਰੂਰ ਹੁੰਦਾ ਹੈ ਹਾਲਾਂਕਿ ਕੁਛ ਇਹੋ ਜਿਹੀ ਫਿਲਮਾਂ ਵੀ ਆਈਆਂ ਜਿਹਦੇ ਵਿੱਚ ਕੋਈ ਵੀ ਗੀਤ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਲੇਕਿਨ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਇਹੋ ਜਿਹੀ ਫਿਲਮ ਦੇ ਬਾਰੇ ਜਿਸ ਫਿਲਮ ਨੇ ਵਿਸ਼ਵ ਦੇ ਵਿੱਚ ਰਿਕਾਰਡ ਬਣਾਇਆ ਹੈ ਕਿ ਇਸ ਫਿਲਮ ਦੇ ਅੰਦਰ ਸਭ ਤੋਂ ਜ਼ਿਆਦਾ ਗੀਤ ਹਨ ਸਭ ਤੋਂ ਜ਼ਿਆਦਾ ਤੁਸੀਂ ਕਮੈਂਟ ਕਰਕੇ ਅੰਦਾਜ਼ਾ ਲਗਾ ਕੇ ਦੱਸੋ ਕਿ ਤੁਹਾਡੇ ਹਿਸਾਬ ਨਾਲ ਕਿੰਨੇ ਗੀਤ ਹੋਣਗੇ 10 15 20 25 ਆਈਡੀਆ ਲਗਾਓ ਅਤੇ ਕਮੈਂਟ ਕਰਕੇ ਦੱਸੋ ਜੇ ਨਹੀਂ ਅੰਦਾਜ਼ਾ ਲੱਗਿਆ ਤਾਂ ਮੈਂ ਤੁਹਾਨੂੰ ਦੱਸਦਾ ਹਾਂ ਔਰ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਿਉਂਕਿ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸ ਫਿਲਮ ਦੇ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ ਇਸ ਫਿਲਮ ਦੇ ਅੰਦਰ 10 ਨਹੀਂ 20 ਨਹੀਂ 30 ਨਹੀਂ 50 ਨਹੀਂ ਪੂਰੇ 71 ਕਿੰਨੇ 71 71 ਗਾਣੇ ਨੇ ਇਸ ਫਿਲਮ ਦੇ ਅੰਦਰ 71 ਗੀਤ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਔਰ ਇਹ ਫਿਲਮ ਅੱਜ ਦੀ ਬਣੀ ਹੋਈ ਨਹੀਂ ਹੈ ਇਹ ਫਿਲਮ ਬਣੀ ਹੈ 1932 ਦੇ ਵਿੱਚ 1932 ਦੇ ਵਿੱਚ ਇਸ ਫਿਲਮ ਨੂੰ ਬਣਾਇਆ ਗਿਆ ਸੀ ਅੱਜ ਦੀ ਇਸ ਵੀਡੀਓ ਵਿੱਚ ਇਸ ਫਿਲਮ ਦੇ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਔਰ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਦੋਸਤੋ ਜਿਸ ਫਿਲਮ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਇਸ ਫਿਲਮ ਦਾ ਨਾਮ ਹੈ ਇੰਦਰ ਸਭਾ ਇੰਦਰ ਸਭਾ ਫਿਲਮ ਨੂੰ ਮਦਨ ਥੀਏਟਰ ਨਾਮਕ ਇੱਕ ਕੰਪਨੀ ਵੱਲੋਂ ਬਣਾਇਆ ਗਿਆ ਸੀਗਾ 211 ਮਿੰਟ ਲੰਬੀ ਇਹ ਫਿਲਮ ਸੀ ਇਸ ਫਿਲਮ ਦੇ ਡਾਇਰੈਕਟਰ ਸੀਗੇ ਜੇ ਜੇ ਮਦਨ ਔਰ 1932 ਦੇ ਵਿੱਚ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਸੀ ਇੰਦਰ ਸਭਾ ਉਰਦੂ ਦਾ ਇੱਕ ਨਾਟਕ ਸੀ ਜੋ ਕਿ ਲਖਨਊ ਦੇ ਅਵਧ ਦਰਬਾਰ ਨਾਲ ਸੰਬੰਧ ਰੱਖਣ ਵਾਲੇ ਇੱਕ ਲੇਖਕ ਅਤੇ ਕਵੀ ਆਗਾ ਹਸਨ ਅਮਾਨਤ ਵੱਲੋਂ ਲਿਖਿਆ ਗਿਆ ਸੀ ਇਹ ਨਾਟਕ ਸਭ ਤੋਂ ਪਹਿਲਾਂ 1853 ਦੇ ਵਿੱਚ ਮੰਚ ਤੇ ਯਾਨੀ ਕਿ ਸਟੇਜ ਦੇ ਉੱਪਰ ਦਿਖਾਇਆ ਗਿਆ ਬਿਲਕੁਲ ਜੀ 1853 ਦੇ ਵਿੱਚ ਪਹਿਲੀ ਵਾਰ ਇਸ ਨਾਟਕ ਨੂੰ ਖੇਡਿਆ ਗਿਆ ਸੀਗਾ ਦਿਖਾਇਆ ਗਿਆ ਸੀਗਾ ਮੰਚ ਦੇ ਉੱਤੇ ਇਹ ਜਿਹੜਾ ਨਾਟਕ ਸੀ ਇਹ ਲੋਕ ਬੋਲੀ ਦੇ ਅਨੁਸਾਰ ਇਹਦਾ ਨਾਮ ਸੀਗਾ ਇੰਦਰ ਸਭਾ ਲੇਕਿਨ ਸੰਸਕ੍ਰਿਤ ਦੀ ਪ੍ਰਥਾ ਅਨੁਸਾਰ ਪ੍ਰਥਾ ਅਨੁਸਾਰ ਨੂੰ ਕੀ ਕਹਾਂਗੇ ਪੰਜਾਬੀ ਹਾਂ ਸੰਸਕ੍ਰਿਤ ਦੀ ਪਰੰਪਰਾ ਦੇ ਅਨੁਸਾਰ ਇਸ ਨਾਟਕ ਦਾ ਨਾਮ ਪਿਆ ਇੰਦਰ ਸਭਾ ਯਾਨੀ ਕਿ ਵਿੱਚ ਪੈ ਗਿਆ ਨੰਨਾ ਵਿੱਚ ਪੈ ਗਿਆ ਨੰਨਾ ਜੀ ਤੇ ਉਦਾਂ ਇਹਦਾ ਨਾਮ ਸੀਗਾ ਇੰਦਰ ਸਭਾ ਔਰ ਸੰਸਕ੍ਰਿਤੀ ਪ੍ਰਥਾ ਅਨੁਸਾਰ ਯਾਨੀ ਕਿ ਪਰੰਪਰਾ ਦੇ ਅਨੁਸਾਰ ਇਹਦਾ ਨਾਮ ਪੈ ਗਿਆ ਇੰਦਰ ਸਭਾ ਇਹ ਸਾਨੂੰ ਵੀ ਪਹਿਲੀ ਵਾਰ ਪਤਾ ਲੱਗਿਆ ਕਿ ਇੰਦਰ ਸਭਾ ਔਰ ਇੰਦਰ ਸਭਾ ਦੇ ਵਿੱਚ ਫਰਕ ਹੁੰਦਾ ਹੈ ਜੇ ਉਚਾਰਨ ਵਿੱਚ ਸਾਡੇ ਤੋਂ ਕੋਈ ਗਲਤੀ ਹੁੰਦੀ ਉਹਦੇ ਲਈ ਮਾਫੀ ਚਾਹਾਂਗੇ ਇੰਦਰ ਸਭਾ ਸੀਗਾ ਨਾਟਕ ਦਾ ਨਾਮ ਤੇ ਇੰਦਰ ਸਭਾ ਜਿਹੜਾ ਸੀਗਾ ਮੈਨੂੰ ਲੱਗਦਾ ਪੂਰਾ ਜ਼ੋਰ ਲਗਾ ਕੇ ਬੋਲਣਾ ਪੈਂਦਾ ਇੰਦਰ ਸਭਾ ਜਿਹੜਾ ਸੀਗਾ ਇਹ ਸੀਗਾ ਜੀ ਫਿਲਮ ਦਾ ਨਾਮ ਬਿਲਕੁਲ ਸੰਸਕ੍ਰਿਤ ਦੇ ਅਨੁਸਾਰ ਜਦੋਂ ਅਸੀਂ ਇਸ ਫਿਲਮ ਦੇ ਬਾਰੇ ਰਿਸਰਚ ਕਰ ਰਹੇ ਸੀ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਸੰਸਾਰ ਦੀ ਇਕਲੌਤੀ ਇਹੋ ਜਿਹੀ ਫਿਲਮ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਗੀਤ ਨੇ ਇਸ ਫਿਲਮ ਦੇ ਵਿੱਚ ਤਕਰੀਬਨ ਸਾਨੂੰ 71 ਯਾਨੀ ਕਿ 71 ਗਾਣੇ ਦੇਖਣ ਅਤੇ ਸੁਣਨ ਨੂੰ ਮਿਲਦੇ ਨੇ ਲੇਕਿਨ IMDB ਦੇ ਅਨੁਸਾਰ ਜੀ ਇਸ ਫਿਲਮ ਦੇ ਵਿੱਚ 69 ਗੀਤ ਨੇ ਯਾਨੀ ਕਿ 69 ਗੀਤ ਨੇ IMDB ਨੇ ਇਸ ਫਿਲਮ ਨੂੰ 6.1 ਦੀ ਰੇਟਿੰਗ ਦਿੱਤੀ ਹੈ IMDB ਦੇ ਵਿੱਚ ਤੁਹਾਨੂੰ 6.1 ਦੀ ਰੇਟਿੰਗ ਇਸ ਫਿਲਮ ਦੀ ਮਿਲੇਗੀ ਔਰ IMDB ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਫਿਲਮ ਇਸ ਫਿਲਮ ਦੇ ਵਿੱਚ 69 ਗੀਤ ਨੇ ਹੁਣ ਇਹ ਦੋ ਗੀਤਾਂ ਦਾ ਜਿਹੜਾ ਹੇਰ ਫੇਰ ਹੈ ਮਤਲਬ ਗੋਲਮਾਲ ਹੈ ਮਤਲਬ ਹੇਰਾ ਫੇਰੀ ਹੈ ਇਹ ਸਾਨੂੰ ਸਮਝ ਨਹੀਂ ਆਇਆ ਕਿ ਇਹ ਕਿਉਂ ਹੈ ਅਸੀਂ ਕਾਫੀ ਰਿਸਰਚ ਕੀਤੀ ਕਾਫੀ ਮੱਥਾ ਕਵਾਈ ਕੀਤਾ ਕਾਫੀ ਲੱਭਣ ਦੀ ਵੀ ਕੋਸ਼ਿਸ਼ ਕੀਤੀ ਬਟ ਸਾਨੂੰ ਕੋਈ ਵੀ ਇਹਦਾ ਰਿਜ਼ਲਟ ਨਹੀਂ ਮਿਲਿਆ ਜੇ ਤੁਹਾਡੇ ਵਿੱਚੋਂ ਕੋਈ ਸਮਝਦਾਰ ਸੂਝਵਾਨ ਵੀਰ ਹੈ ਜੋ ਸਾਨੂੰ ਦੱਸ ਸਕਦਾ ਕਿ ਇਹ ਦੋ ਗੀਤ ਕਿੱਥੇ ਗਏ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਦੀ ਕੋਈ ਵੀ ਹਿਸਟਰੀ ਲਿਖੀ ਜਾਂਦੀ ਹੈ ਆਪਣੇ ਆਪਣੇ ਵੱਖਰੇ ਵੱਖਰੇ ਇੰਤਜ਼ਾਰ ਹਾਂ ਕਈ ਵਾਰ ਅਸੀਂ ਹਿਸਟਰੀ ਦੇ ਵੀ ਰਿਸਰਚ ਕਰਦੇ ਹਾਂ ਕਈ ਚੀਜ਼ਾਂ ਰਿਸਰਚ ਕਰਦੇ ਹਾਂ ਤਾਂ ਕਈ ਵਾਰ ਆਂਕੜੇ ਜਿਹੜੇ ਨੇ ਅੱਗੇ ਪਿੱਛੇ ਹੁੰਦੇ ਨੇ ਹੋ ਸਕਦਾ ਇਹਦੇ ਵਿੱਚ ਕੁਛ ਇਹੋ ਜਿਹਾ ਹੋਏ ਤੁਸੀਂ ਕਮੈਂਟ ਰਾਹੀਂ ਆਪਣੇ ਵਿਚਾਰ ਦੇ ਸਕਦੇ ਹੋ ਅਸੀਂ ਜਿੰਨਾ ਕੁ ਰਿਸਰਚ ਕੀਤਾ ਸੀ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਅਸੀਂ ਪਹਿਲੀ ਵਾਰ ਕਿਸੇ ਫਿਲਮ ਦੇ ਬਾਰੇ ਇਹਦਾ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕੀਤੀ ਹੈ ਸਾਡੀ ਕੋਈ ਖਾਸ ਤਿਆਰੀ ਨਹੀਂ ਸੀ ਲੇਕਿਨ ਜਿੰਨੀ ਕਿ ਅਸੀਂ ਤਿਆਰੀ ਕੀਤੀ ਜਿੰਨੀ ਕੁ ਰਿਸਰਚ ਕੀਤੀ ਤੁਹਾਡੇ ਨਾਲ ਸਾਂਝਾ ਕਰਤਾ ਜੇ ਕੋਈ ਗਲਤੀ ਰਹਿ ਗਈ ਹੈ ਕੋਈ ਕਮੀ ਰਹਿ ਗਈ ਹੈ ਕੁਛ ਛੂਟ ਗਿਆ ਉਹਦੇ ਲਈ ਅਸੀਂ ਮਾਫੀ ਚਾਹਾਂਗੇ ਅੱਜ ਸੁਧਾਰ ਕਰ ਰਹੇ ਹਾਂ ਆਪਣੀ ਚੀਜ਼ਾਂ ਦੇ ਵਿੱਚ ਆਪਣੀ ਗਲਤੀਆਂ ਦੇ ਵਿੱਚ ਸੁਧਾਰ ਕਰ ਰਹੇ ਹਾਂ ਬਹੁਤ ਕੁਛ ਨਵਾਂ ਲੈ ਕੇ ਆ ਰਹੇ ਹਾਂ ਸੋ ਜਦ ਕੁਛ ਚੀਜ਼ ਨਵੀਂ ਲੈ ਕੇ ਆਉਂਦੇ ਹਾਂ ਤਾਂ ਕਈ ਚੀਜ਼ਾਂ ਰਹਿ ਵੀ ਜਾਂਦੀਆਂ ਨੇ ਹੌਲੀ ਹੌਲੀ ਅਸੀਂ ਐਡ ਕਰਾਂਗੇ ਤੁਹਾਡੇ ਕੋਲ ਸਿੱਖਾਂਗੇ ਜਿੰਨਾ ਕੁ ਸਿੱਖਾਂਗੇ ਤੁਹਾਨੂੰ ਵੀ ਸਿਖਾਈ ਜਾਵਾਂਗੇ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਸਾਡੀ ਗਲਤੀ ਸਾਡੇ ਧਿਆਨ 'ਚ ਕਮੈਂਟ ਕਰਕੇ ਜ਼ਰੂਰ ਲਿਆਓ ਵੀਡੀਓ ਵਧੀਆ ਲੱਗਦੀ ਹੈ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ